ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਜੋਬ ਮਤਲਬ ਕੀ ਇੱਥੇ ਜੋਬ ਰਿਕੁਆਇਰਮੈਂਟਸ ਹੈ ਅਤੇ ਕੀ ਹਿਸਾਬ ਕਿਤਾਬ ਇੱਥੋਂ ਦਾ ਉਹ ਦੱਸਾਂਗੇ ਅਤੇ ਖਰਚੇ ਬਾਰੇ ਦੱਸਾਂਗੇ। ਹਾਂਜੀ ਚਲੋ ਪਿੱਛੇ ਤੁਹਾਡੀ ਪੱਗ ਨਹੀਂ ਆ ਰਹੀ ਆਹ ਅਤੇ ਕਿਵੇਂ ਤੁਸੀਂ ਸਾਰੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਬਹੁਤ ਆਪਣੇ ਘਰਾਂ ਵਿੱਚ ਚੰਗੇ ਹੋਵੋਗੇ ਸਹੀ ਸਲਾਮਤ ਹੋਵੋਗੇ ਅਤੇ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਆਪਣੀ ਟੋਟਲ ਜਿਹੜੀ ਸਾਡੀ ਮੰਥਲੀ ਸਪੈਂਡਿੰਗ ਹੈ ਸਾਡੇ ਜਿਹੜੇ ਐਕਸਪੈਂਸਿਸ ਨੇ ਕਿੰਨੇ ਨੇ। ਵੈਸੇ ਜਿਹੜੀ ਆਪਣੀ ਐਕਸਪੈਂਸ ਨਾ ਸਭ ਦੇ ਡਿਫਰੈਂਟ ਡਿਫਰੈਂਟ ਹੁੰਦੇ ਆ ਕਿਸੇ ਨੇ ਕਿੰਨਾ ਖਰਚਾ ਕਰਨਾ ਆ ਅਤੇ ਵੈਸੇ ਜੇ ਅਸੀਂ ਐਵਰੇਜ ਜਿਹੜਾ ਮੰਥਲੀ ਐਕਸਪੈਂਸ ਲੈ ਕੇ ਚੱਲਦੇ ਹਾਂ ਨਾ ਜਿਹੜੇ ਐਕਸਪੈਂਸਿਸ ਆ ਉਹ ਕਿੰਨੇ ਆ ਅਸੀਂ ਤੁਹਾਨੂੰ ਦੱਸਦੇ ਹਾਂ। ਸਪੈਸ਼ਲ ਸਭ ਤੋਂ ਪਹਿਲਾਂ ਸਾਡੀ ਗਰੋਸਰੀ ਸ਼ੋਪਿੰਗ ਜਿਹੜੀ ਆਉਂਦੀ ਹੈ ਸਾਡੇ ਕਪਲ ਦੀ ਦੋ ਜਣਿਆਂ ਦੀ, ਜਿਹੜੇ ਸਿੰਗਲ ਹੁੰਦੇ ਆ ਉਹਨਾਂ ਦੀ ਅਲੱਗ ਅਲੱਗ ਵੀ ਹੋ ਸਕਦੀ ਹੈ। ਸਿੰਗਲ ਦੀ ਤਾਂ ਬਹੁਤ, ਬਾਕੀ ਆਪਣੇ 'ਤੇ ਡਿਪੈਂਡ ਕਰਦਾ ਤੁਸੀਂ ਆਪਣੇ ਆਪ ਨੂੰ ਕਿਵੇਂ ਮਤਲਬ ਕਿੰਨਾ ਖਰਚਾ ਕਰਨਾ। ਜਿੱਦਾਂ ਆਪਾਂ ਦੋਵੇਂ ਪਿਓਰ ਵੈਜੀਟੇਰੀਅਨ ਆ ਅਤੇ ਸਾਡੀ ਜੋਬ ਵੀ ਮਤਲਬ ਘਰ ਦੇ ਬਿਲਕੁਲ ਨਜ਼ਦੀਕ ਆ, 5 ਕਿਲੋਮੀਟਰ ਦਾ ਰਸਤਾ ਆ, ਸਮਝ ਲਓ ਕਿ ਸਾਹਮਣੇ ਹੀ 5 ਮਿੰਟ ਵਾਕਿੰਗ ਹੈ। ਹਾਂਜੀ ਸਾਨੂੰ ਕੋਈ ਟਰੈਵਲ ਵਾਸਤੇ ਬੱਸ ਨਹੀਂ ਲੈਣੀ ਪੈਂਦੀ, ਬੱਸ ਨਹੀਂ ਲੈਣੀ ਪੈਂਦੀ। ਅਤੇ ਸੈਕਿੰਡਲੀ ਇੱਦਾਂ ਕਿ ਇਨਕਮ ਜੇ ਇੱਥੇ ਖਰਚੇ ਮਤਲਬ ਮੇਰੇ ਹਿਸਾਬ ਨਾਲ ਸਿਮਲਰ ਆ ਇੰਡੀਆ ਦੇ ਹਿਸਾਬ ਨਾਲ, ਅਤੇ ਉੱਥੇ ਵੀ ਬਹੁਤ ਖਰਚੇ ਅਤੇ ਕੁਝ ਜ਼ਿਆਦਾ ਫਰਕ ਨਹੀਂ ਹੈਗਾ। ਅਤੇ ਆਪਾਂ ਜਿੱਦਾਂ ਇੱਥੇ ਇਨਕਮ ਵੀ ਹੈਗੀ ਆ ਅਤੇ ਆਪਣੇ ਐਕਸਪੈਂਸਿਸ ਬਾਰੇ ਦੱਸੋ। ਸਾਡੀ ਜਿਹੜੀ ਗਰੋਸਰੀ ਸ਼ੋਪਿੰਗ ਹੈ ਜਿਹੜਾ ਸਾਡਾ ਖਾਣਾ ਪੀਣਾ ਆ ਦਾਲ ਸਬਜ਼ੀ ਜਿਹੜੀ ਵੀ ਆਉਂਦੀ ਹੈ, ਅਸੀਂ ਵੈਜੀਟੇਰੀਅਨ ਹਾਂ ਅਤੇ ਬਾਕੀ ਸਾਰਿਆਂ ਦੀ ਪਿਓਰ ਵੈਜੀਟੇਰੀਅਨ ਆ, ਬਾਕੀ ਸਾਡੀ ਆਪਣੀ ਆਪਣੀ ਖਾਣ ਪੀਣ ਦੀ ਜਿਹੜੀ ਪ੍ਰੈਫਰੈਂਸ ਹੁੰਦੀ ਹੈ ਉਹਦੇ ਅਕੋਰਡਿੰਗ ਉਹਨਾਂ ਦਾ ਖਰਚਾ ਆਉਂਦਾ ਆ। ਅਤੇ ਜਿਹੜਾ ਸਾਡਾ ਮੰਥਲੀ ਐਕਸਪੈਂਸ ਹੈ ਉਹ 80-100 pounds ਦੇ ਵਿਚਕਾਰ ਆ ਜਾਂਦਾ ਆ ਮੰਥਲੀ ਗਰੋਸਰੀ ਸ਼ੋਪਿੰਗ ਜਿਹੜੀ ਖਾਣ ਪੀਣ ਦੀ। ਅਤੇ ਬਾਕੀ ਸਾਰਿਆਂ ਦੀ ਆਪਣੀ ਆਪਣੀ ਪ੍ਰੈਫਰੈਂਸ ਆ ਕਿਸੇ ਨੇ ਕਿੰਨਾ ਖਾਣਾ ਕੀ ਖਾਣਾ ਆ। 100 ਜਿੱਦਾਂ ਕਈ ਵਾਰੀ ਮੈਡੀਸਿਨ ਵਗੈਰਾ ਜਿੱਦਾਂ ਲੈ ਲਈ ਰਿਚਾਰਜ 120-130 ਦੇ ਲਾਗੇ ਪਹੁੰਚ ਜਾਂਦਾ, ਪਰ ਜਿਹੜਾ ਖਾਣ ਪੀਣ ਦਾ ਆਪਣਾ 80-90-100 ਦੇ ਵਿੱਚ ਵਿੱਚ ਆ, ਅਤੇ ਇੰਨਾ ਕੁ ਮਤਲਬ ਖਰਚਾ ਆ ਜਾਂਦਾ ਆਪਣਾ ਆਪਾਂ ਦੋਵਾਂ ਦਾ। ਵਧੀਆ ਖਾਣਾ ਮਤਲਬ ਗੱਲ ਕਰ ਰਹੇ ਹਾਂ ਕਿ ਫਰੂਟ ਇੱਥੇ ਡੇਲੀ ਖਾਓ, ਫਰੂਟ ਵੀ ਡੇਲੀ ਲੈਣਾ ਪੈਂਦਾ ਹੈ ਅਤੇ ਅਸੀਂ ਡੇਲੀ ਮਤਲਬ ਫਰੈਸ਼ ਸਬਜ਼ੀ ਬਣਾਉਂਦੇ ਹਾਂ ਇੱਥੇ। ਕਾਫੀ ਲੋਕ ਜਿਹੜੇ ਕਹਿੰਦੇ ਆ ਮਤਲਬ ਇੱਥੇ ਕਹਿ ਸਕਦੇ ਮਤਲਬ ਕਿ ਕਈ ਲੋਕ ਆਪਣੇ ਕਿਉਂਕਿ ਟਾਈਮਿੰਗ ਦੀ ਬਹੁਤ ਟਾਈਮ ਦੀ ਬਹੁਤ ਪ੍ਰੋਬਲਮ ਆ, ਅਤੇ ਲੋਕ ਕੀ ਕਰਦੇ ਨੇ ਮਤਲਬ ਹਫ਼ਤੇ 'ਚ ਸਬਜ਼ੀਆਂ ਕੁੱਕ ਕਰ ਲੈਂਦੇ ਨੇ ਹੈ ਨਾ, 2-3 ਸਬਜ਼ੀਆਂ। ਅਤੇ ਪਰ ਸਾਡੀ ਆਦਤ ਆ ਇੰਡੀਆ ਵਾਲੀ, ਸੋ ਉੱਥੋਂ ਆਏ ਹਾਂ ਅਤੇ ਆਪਾਂ ਫਰੈਸ਼ ਮਤਲਬ ਕੁੱਕ ਕਰਨੀ ਹੁੰਦੀ ਸਬਜ਼ੀ ਡੇਲੀ। ਉਸ ਤੋਂ ਇਲਾਵਾ ਫਰੂਟਸ ਵਗੈਰਾ ਵੀ ਰੋਜ਼ ਖਾਣਾ ਜ਼ਰੂਰੀ ਇੱਥੇ, ਜਿੱਦਾਂ ਮਤਲਬ ਆਪਾਂ ਕੰਮ ਕਰਦੇ ਹਾਂ ਵੈਜੀਟੇਰੀਅਨ ਆ ਅਤੇ ਨਿਊਟ੍ਰੀਸ਼ਨ ਬਹੁਤ ਜ਼ਰੂਰੀ ਆ। ਇਨਕਲੂਡਡ ਆਪਾਂ ਗੱਲ ਕਰ ਰਹੇ ਹਾਂ ਵੈਜੀਟੇਬਲਸ ਐਂਡ ਫਰੂਟਸ, ਵੈਜੀਟੇਬਲ ਐਂਡ ਫਰੂਟਸ ਦਾਲਾਂ ਦੁਲਾਂ ਜਿਹੜੀ ਵੀ ਸ਼ੋਪਿੰਗ ਹੈਗੀ ਹੈ ਪ੍ਰਾਈਸ ਸੇਮ ਹੀ ਆਏ ਹੈ ਨਾ। ਜਿੱਦਾਂ 150-150 ਤੇ ਕੇਜੀ ਮਿਲ ਜਾਂਦੇ ਨੇ ਹੈ ਨਾ ਅੰਗੂਰ ਗ੍ਰੇਪਸ, ਜ਼ਿਆਦਾ ਫਰਕ ਨਹੀਂ ਹੈਗਾ, ਕੋਈ ਫਰਕ ਨਹੀਂ ਮਤਲਬ ਨਹੀਂ। ਬਾਕੀ ਥੋੜੀ ਜਿਹੜੀ ਸਬਜ਼ੀਆਂ ਆ ਨਾ ਉਹ ਥੋੜੀ ਐਕਸਪੈਂਸਿਵ ਕਹਿ ਸਕਦੇ ਹਾਂ, ਜ਼ਿਆਦਾ ਹੈ ਥੋੜੀ ਐਕਸਪੈਂਸਿਵ ਹੈਗੀਆਂ ਆ, ਪਰ ਕਿਉਂਕਿ ਐਕਸਪੈਂਸਿਵ ਤਾਂ ਆ ਕਿ ਅਸੀਂ ਕੀ ਕਰਦੇ ਹਾਂ ਕਿ ਇੰਡੀਆ ਦੇ ਪੈਸਿਆਂ ਨਾਲ ਉਹਨੂੰ ਕੈਲਕੂਲੇਟ ਕਰਕੇ ਵੇਖਦੇ ਹਾਂ, ਉੱਦਾਂ ਇੱਥੋਂ ਹਿਸਾਬ ਨਾਲ ਨਹੀਂ ਹੈਗੀਆਂ। ਜੇ ਐਕਸਪੈਂਸਿਵ ਆ ਤੇ ਇੱਥੇ ਥੋੜੀ ਚੀਜ਼ਾਂ ਥੋੜੀ ਤਾਂ ਵੀ ਐਕਸਪੈਂਸਿਵ ਆ ਨਾ ਕਿਉਂਕਿ ਇੰਪੋਰਟ ਕਰਦੇ ਨੇ ਯੂਕੇ ਵਾਲੇ ਜਿਹੜੇ, ਬਿਲਕੁਲ ਬਿਲਕੁਲ ਹੈ ਨਾ, ਇਸ ਕਰਕੇ ਅਤੇ ਜ਼ਿਆਦਾ ਵੀ ਨਹੀਂ ਕਹਿ ਸਕਦੇ ਇੱਥੋਂ ਦੇ ਹਿਸਾਬ ਨਾਲ, ਇਹਨਾਂ ਇੱਥੋਂ ਦੇ ਲੋਕਾਂ ਨੂੰ ਨਹੀਂ ਲੱਗਦੀਆਂ, ਸਾਨੂੰ ਲੱਗਦੀਆਂ ਆਪਾਂ ਸੋਨਾ ਗੁਣਾ ਕਰਕੇ ਵੇਖਦੇ ਹਾਂ ਨਾ ਜਦੋਂ, ਅਤੇ ਉਹ ਅੱਜ ਸਾਡੀ ਹੌਲੀ ਹੌਲੀ ਖਤਮ ਹੋ ਜਾਣੀ ਹੈ। ਗ੍ਰੇਪਸ ਕਹਿ ਸਕਦੇ ਹਾਂ, ਗ੍ਰੇਪਸ ਆਪਣੇ ਵੀ 150-150 ਇੱਥੇ ਵੀ ਮਤਲਬ ਇੰਨਾ ਹੀ ਆ, ਹਾਂ ਸਗੋਂ ਵਧੀਆ ਮਿਲਦੇ ਨੇ ਹੈ ਨਾ ਥੋੜ੍ਹੇ ਜਿਹੇ, 1.35 1.35 ਇੰਨੀ ਕਦਾ ਆ ਜਾਂਦਾ ਹੈ ਪੈਣੀ ਆ। ਅਤੇ ਉਸ ਤੋਂ ਇਲਾਵਾ ਇਹ ਐਪਲਸ ਅਤੇ ਉਹ ਗੱਲ ਕਰੀਏ 1 pound ਅਤੇ 1 pound ਮਤਲਬ ਕਿ 100 rupees ਦੇ ਆ ਜਾਂਦੇ ਨੇ ਸੇਬ ਕਾਫੀ। ਅਤੇ ਬਾਕੀ ਆਪਣਾ ਰੈਂਟ ਇਲਾਵਾ ਹੋਰ ਵੀ ਰੈਂਟ ਜੇ ਗਈਏ ਕਪਲ ਦਾ ਰੈਂਟ 470-500 ਦੇ ਵਿੱਚ ਇੱਥੇ ਕਪਲ ਰੂਮ ਮਿਲ ਜਾਂਦਾ ਹੈ ਆਪਣੇ। ਜਿਹੜਾ ਮੈਕਸੀਮਮ ਰੈਂਟ ਹੈ ਉਹ 600 ਤੱਕ ਜਾਂਦਾ ਹੈ ਕਪਲ ਰੂਮ ਦਾ। ਹਾਂਜੀ ਹਾਂ, ਜਿੱਦਾਂ ਸੈਂਟਰ ਲੰਡਨ ਵਿੱਚ ਉਹ ਐਕਸਪੈਂਸਿਵ ਆ ਰੂਮ, ਉੱਥੇ ਆਪਾਂ ਗੱਲ ਇੱਥੋਂ ਦੀ ਕਰ ਰਹੇ ਹਾਂ ਜਿਹੜਾ ਇੰਡੀਅਨ ਸੁਸਾਇਟੀ 'ਚ ਰਹਿੰਦੀਆਂ
नहीं फिर भी उथे भी ज्यादा ज्यादा 600 ਹੁੰਦਾ ਹੈ ਕਪਲ ਦਾ ਸਿਕਸ ਹੰਡਰਡ ਬਾਕੀ ਡਿਪੈਂਡ ਕਰਦਾ ਕਿਸੇ ਨੇ ਕਿਸ ਤਰ੍ਹਾਂ ਦਾ ਹੈ ਨਾ ਰੂਮ ਜਿੱਦਾਂ ਹੁਣ ਇੱਥੇ ਦੋ ਤਰ੍ਹਾਂ ਦੇ ਮਿਲਦੇ ਨੇ ਇੱਕ ਹੁੰਦਾ ਆ ਕਿ ਅਟੈਚ ਬਾਥਰੂਮ ਹੁੰਦਾ ਨਾਲ ਤੇ ਇੱਕ ਹੁੰਦਾ ਸ਼ੇਅਰਿੰਗ ਤੇ ਹੁੰਦਾ ਹੈ ਨਾ ਹਾਂਜੀ ਤੇ ਉਸ ਡਿਫਰੈਂਟ ਡਿਫਰੈਂਟ ਪ੍ਰਾਈਸਸ ਹੋ ਜਾਂਦੇ ਨੇ ਜਿੱਦਾਂ ਆਪਣਾ ਇੱਥੇ ਆਪਣਾ ਅਟੈਚ ਬਾਥਰੂਮ ਕੇ ਪ੍ਰਾਈਵੇਟ ਬਾਥਰੂਮ ਕਹਿ ਸਕਦੇ ਆ ਵਾਸ਼ਰੂਮ ਆਪਣਾ ਤੇ ਕਿਚਨ ਸ਼ੇਅਰਿੰਗ ਤੇ ਹੈ ਉਹ ਵੀ ਮਤਲਬ ਕਿਦਾਂ ਕਿ ਇੰਡੀਅਨ ਫੈਮਿਲੀ ਆ ਤੇ ਸਾਰੇ ਫੈਮਿਲੀ ਦੀ ਤਰ੍ਹਾਂ ਰਹਿੰਦੇ ਨੇ ਮਜ਼ਾ ਆਉਂਦਾ ਸਗੋਂ ਵਧੀਆ ਮਤਲਬ ਲੋਕ ਮਿਲ ਜਾਣ ਤੇ ਫਿਰ ਇੱਕ ਬੰਦੇ ਦਾ ਡਿਸਿਪਲਿਨ ਕ੍ਰੀਏਟ ਹੋ ਜਾਂਦਾ ਹੈ ਤੇ ਇੱਕ ਦੂਜੇ ਦੀ ਕੇਅਰ ਕਿੱਦਾਂ ਕਰਨੀ ਆਪਣਾ ਰੈਂਟ ਆ ਉਹ ਵੀ ਮਤਲਬ 4 to 5 ਦੇ ਵਿੱਚ ਵਿੱਚ ਹੀ ਆ 400 to 500 ਦੇ ਵਿੱਚ ਵਿੱਚ ਹੀ ਰੈਂਟ ਤੇ ਬਾਕੀ ਗਰੋਸਰੀ ਦਾ ਕਰਕੇ ਕੋਈ ਮਤਲਬ ਤੁਸੀਂ ਕਹਿ ਸਕਦੇ ਹੋ ਕਿ 600 650 ਤੁਹਾਡਾ ਮੰਥਲੀ ਕਪਲ ਦਾ ਖਰਚਾ ਆ ਜਾਂਦਾ ਹੈ ਪਰ ਵੇਖੋ ਕਿ ਤੁਸੀਂ ਜੇ ਪਰ ਸਾਨੂੰ ਇਸ ਰੇਂਜ ਵੀ ਨਾ 4 ਟੂ 5 ਦੀ ਜਿਹੜੀ ਰੇਂਜ ਹੈ ਬੜਾ ਵਧੀਆ ਸਾਨੂੰ ਰੂਮ ਮਿਲਿਆ ਹੈ ਵਧੀਆ ਹੈ ਹਨਾ ਗਾਰਡਨ ਵੀ ਬਹੁਤ ਸੋਹਣਾ ਘਰ ਆ ਸਾਨੂੰ ਬਾਥਰੂਮ ਵੀ ਤਾਂ ਸੈਪਰੇਟ ਹੀ ਲੈ ਲਓ ਕਿਉਂਕਿ ਇੱਥੇ ਸਿਰਫ ਅਸੀਂ ਰਹਿੰਦੇ ਇੱਕ ਕੰਟੀਨ ਕਰ ਰਹਿੰਦੇ ਆ ਤੇ ਇੱਕ ਸਟੂਡੈਂਟ ਰਹਿ ਰਹੀ ਆ ਹਾਂਜੀ ਉਹ ਮੋਸਟਲੀ ਘਰੇ ਹੁੰਦੀ ਵੀ ਨਹੀਂ ਆ ਤੇ ਬੜੇ ਅੰਕਲ ਆਂਟੀ ਦਾ ਬਾਥਰੂਮ ਉਹਨਾਂ ਦਾ ਸੈਪਰੇਟ ਹੈ ਸਾਡਾ ਸੈਪਰੇਟ ਹੈ ਤੇ ਉਹ ਮਤਲਬ ਸਾਰੇ ਫੈਮਿਲੀ ਤਰ੍ਹਾਂ ਜਿੱਦਾਂ ਸਾਡੇ ਨਾਲ ਕੁੜੀ ਰਹਿ ਰਹੀ ਹੈ ਇੱਕ ਦੂਜੇ ਦੀ ਬੜੀ ਕੇਅਰ ਕਰਦੇ ਆ ਉਹ ਵੀ ਨਾਈਸ ਆ ਅੰਕਲ ਆਂਟੀ ਵੀ ਬਹੁਤ ਨਾਈਸ ਨੇ ਕੋਈ ਫੈਸਟੀਵਲ ਆਉਂਦਾ ਤੇ ਉਹ ਸਾਡੇ ਵਾਸਤੇ ਮਿਠਾਈ ਵੀ ਲੈ ਕੇ ਆਉਂਦੇ ਸਵੀਟਸ ਵੀ ਇਕੱਠੇ ਸੈਲੀਬ੍ਰੇਟ ਕਰਦੇ ਆ ਤੇ ਜਿੱਦਾਂ ਆਪਣਾ ਖਰਚਾ ਹੈ 600 650 ਕੋਈ ਜੇ ਇੱਥੇ ਰਹਿ ਰਹੇ ਹੋ ਕੋਈ ਜ਼ਿਆਦਾ ਤਾਂ ਨਹੀਂ ਹੈਗਾ ਮੰਥ ਦਾ ਸਾਡਾ ਟੋਟਲ 600 650 ਤੱਕ ਆ ਜਾਂਦਾ ਹੈ ਆ ਜਾਂਦਾ ਜਿੱਦਾਂ ਕਈ ਵਾਰੀ ਵੈਜੀਟੇਰੀਅਨ ਰੈਸਟੋਰੈਂਟ ਜਾਣਾ ਹੈ ਦੋ ਕੇ ਵਾਰੀ ਚਲ ਗਏ ਹਾਂਜੀ ਤੇ ਜਾਂ ਘੁੰਮਣ ਚਲੇ ਗਏ 650 ਤੱਕ ਚੱਲ ਜਾਂਦਾ ਹੈ ਪਰ ਅਸੀਂ ਜਾਂਦੇ ਨਹੀਂ ਕਿਉਂਕਿ ਆਪਣਾ ਇਹ ਹੁੰਦਾ ਕਿ ਜਿੱਦਾਂ ਇਹ ਵੀ ਸਟੱਡੀ ਕਰ ਰਹੀ ਹੈ ਮੈਂ ਵੀ ਐਡਵਾਂਸ ਕੋਰਸ ਕਰ ਰਿਹਾ ਅਜੇ ਇੰਨਾ ਟਾਈਮ ਨਹੀਂ ਮਿਲਦਾ ਵੈਸੇ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਜਦੋਂ ਵੀਕਐਂਡ ਹੁੰਦਾ ਨਾ ਅਸੀਂ ਕਿਤੇ ਨਾ ਕਿਤੇ ਘੁੰਮਣ ਚੱਲ ਜਾਈਏ ਜਾਂ ਰੈਸਟੋਰੈਂਟ 'ਚ ਖਾ ਲਈਏ ਵੀਕਐਂਡ 'ਤੇ ਦੋ ਮਿਲਦੇ ਆ ਸੈਚਰਡੇ ਸੰਡੇ ਇਹ 5 ਦਿਨ ਕੰਮ ਹੁੰਦਾ ਹਫ਼ਤੇ 'ਚ ਅਤੇ ਨਾਲ ਚਲੋ ਮੈਂ ਆਪਣੇ ਸਕਿੱਲ ਹੋਣੀ ਬਹੁਤ ਜ਼ਰੂਰੀ ਹੈ ਜਿੱਦਾਂ ਜੇ ਤੁਹਾਡੇ ਕੋਲ ਸਕਿੱਲ ਆ ਅਤੇ ਆਪਣੇ ਸਕਿੱਲ ਬਾਰੇ ਤੁਹਾਨੂੰ ਦੱਸਾਂ ਸਕਿੱਲ ਪਲਵਿੰਦਰ ਕੋਲ ਤਾਂ ਬਹੁਤ ਜ਼ਿਆਦਾ ਸਕਿੱਲ ਹੈ ਇੰਡੀਆ 'ਚ ਇੰਜੀਨੀਅਰਿੰਗ ਕੀਤੀ ਇਹਨਾਂ ਨੇ ਤੇ ਹੁਣ ਇੱਥੇ ਵੀ ਆਪਣੀ ਫਰਦਰ ਜਿਹੜੀ ਸਟੱਡੀ ਹੈ ਉਹਨਾਂ ਨੇ ਕੰਟੀਨਿਊ ਰੱਖੀ ਹੈ ਤੇ ਬਾਕੀ ਦੀ ਵੀਡੀਓ ਮੈਂ ਇਕੱਲੀ ਸ਼ੂਟ ਕਰਾਂਗੀ ਉਹ ਕਿਉਂ ਤੁਸੀਂ ਜ਼ਰੂਰ ਪੁੱਛਣਾ ਚਾਹੋਗੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਪਲਵਿੰਦਰ ਦਾ ਅੱਜ ਨਾਈਟ ਸ਼ੋਅ ਹੈਗਾ ਆ ਹੁਣ ਤੁਸੀਂ ਪੁੱਛੋਗੇ ਨਾਈਟ ਸ਼ੋਅ ਕਾਹਦਾ ਅਤੇ ਪਲਵਿੰਦਰ ਦੇ ਵਿੱਚ ਜਿਹੜਾ ਟੈਲੈਂਟ ਹੈ ਨਾ ਉਹ ਤਾਂ ਘੁੱਟ ਘੁੱਟ ਕੇ ਭਰਿਆ ਆ ਹੀ ਇਜ਼ ਫੁੱਲ ਆਫ ਕ੍ਰੀਏਟਿਵਿਟੀ ਐਂਡ ਟੈਲੈਂਟ ਅਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਤਾ ਹੀ ਆ ਕਿ ਇੰਡੀਆ ਦੇ ਵਿੱਚ ਵੀ ਉਹ ਮਿਊਜ਼ਿਕ ਕਰਦੇ ਆਏ ਨੇ ਅਤੇ ਇੱਥੇ ਵੀ ਉਹਨਾਂ ਨੂੰ ਮਿਊਜ਼ਿਕ ਦਾ ਹੀ ਰਿਲੇਟਡ ਇੱਕ ਪਲੇਟਫਾਰਮ ਮਿਲ ਗਿਆ ਆ ਅਤੇ ਉਹਨਾਂ ਨੂੰ ਪ੍ਰੋਗਰਾਮ ਮਿਲਦੇ ਨੇ ਗੁਰਦੁਆਰੇ ਮਿਲਦੇ ਨਗਰ ਕੀਰਤ ਸੋਰੀ ਸ਼ਬਦ ਕੀਰਤਨ ਦਾ ਪ੍ਰੋਗਰਾਮ ਮਿਲ ਜਾਂਦਾ ਆ ਜਿਵੇਂ ਗੁਰਪੁਰਬ ਹੁੰਦਾ ਆ ਅਤੇ ਇਸ ਤਰ੍ਹਾਂ ਉਹਨਾਂ ਦੇ ਕਾਫੀ ਸਟੂਡੈਂਟਸ ਵੀ ਬਣੇ ਨੇ ਜਿਹੜੇ ਉਹਨਾਂ ਤੋਂ ਮਿਊਜ਼ਿਕ ਸਿੱਖਦੇ ਨੇ ਅਤੇ ਬਹੁਤ ਹੀ ਅੱਛਾ ਉਹਨਾਂ ਨੂੰ ਆਪਣਾ ਇੱਥੇ ਵੀ ਟੈਲੈਂਟ ਦਿਖਾਉਣ ਦਾ ਵਾਹਿਗੁਰੂ ਜੀ ਦੀ ਕਿਰਪਾ ਉਹਨਾਂ ਨੂੰ ਅਪੋਰਚੁਨਿਟੀ ਮਿਲ ਰਹੀ ਹੈ ਅਤੇ ਇੰਡੀਆ ਤੋਂ ਵੀ ਉਹ ਇੰਜੀਨੀਅਰਿੰਗ ਕਰਕੇ ਆਏ ਸੀ ਉਹਨਾਂ ਨੂੰ ਮਾਸਟਰ ਡਿਗਰੀ ਉਹਨਾਂ ਦੀ ਇੰਜੀਨੀਅਰਿੰਗ ਦੇ ਵਿੱਚ ਅਤੇ ਇੱਥੇ ਵੀ ਆਪਣੀ ਫਰਦਰ ਜਿਹੜੀ ਸਟੱਡੀ ਹੈ ਇੰਜੀਨੀਅਰਿੰਗ ਦੇ ਰਿਲੇਟਡ ਉਹਨੂੰ ਹੋਰ ਇਨਹੈਂਸ ਕਰ ਰਹੇ ਨੇ ਇੱਥੇ ਇੱਕ ਡਿਪਲੋਮੇ 'ਚ ਐਡਮਿਸ਼ਨ ਲਈ ਇਹਨਾਂ ਨੇ ਆਪਣੀ ਸਟੱਡੀ ਦੇ ਰਿਲੇਟਡ ਅਤੇ ਮੈਂ ਇੱਥੇ ਮਾਸਟਰ ਡਿਗਰੀ ਕਰ ਰਹੀ ਹਾਂ ਉਹ ਕਾਹਦੀ ਮੈਂ ਮਾਸਟਰ ਡਿਗਰੀ ਕਰ ਰਹੀ ਹਾਂ ਮੈਂ ਤੁਹਾਨੂੰ ਇੱਕ ਅਲੱਗ ਤੋਂ ਡਿਟੇਲ ਦੱਸਾਂਗੀ ਆਪਣੇ ਕੋਰਸ ਦੇ ਰਿਲੇਟਡ ਅਤੇ ਉਹਦਾ ਕਿੰਨਾ ਐਕਸਪੈਂਸ ਹੈ ਉਹ ਸਾਰਾ ਤੁਹਾਨੂੰ ਅਲੱਗ ਤੋਂ ਮੈਂ ਡਿਟੇਲ ਦੱਸਾਂਗੀ ਅਤੇ ਜਿਹੜਾ ਅੱਜ ਦਾ ਜਿਹੜਾ ਵੀਡੀਓ ਦਾ ਜਿਹੜਾ ਸਾਡਾ ਏਮ ਸੀਗਾ ਜਿਹੜਾ ਸਾਡੀ ਵੀਡੀਓ ਦਾ ਅੱਜ ਦਾ ਪਰਪਜ਼ ਹੈ ਉਹ ਸਿਰਫ ਤਾਂ ਸਿਰਫ ਤੁਹਾਨੂੰ ਸਾਡਾ ਜਿਹੜਾ ਵੀ ਐਕਸਪੈਂਸ ਹੈ ਸਾਡਾ ਮੰਥਲੀ ਅਤੇ ਉਹ ਦੱਸਣ ਦਾ ਸੀਗਾ ਤੁਸੀਂ ਕਪਲ ਹੋ ਤੁਸੀਂ ਇੱਥੇ ਆਏ ਹੋ ਅਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇੰਨੀ ਜ਼ਿਆਦਾ ਜਿਹੜੇ ਸਟੂਡੈਂਟ ਹੁੰਦੇ ਆ ਨਿਊ ਨਿਊ ਆਏ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਆ ਬਟ ਉਹਨਾਂ ਨੂੰ ਵੀ ਜਦੋਂ ਇੱਕ ਵਾਰੀ ਜੋਬ ਮਿਲ ਜਾਏ ਨਾ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਸਾਨੂੰ ਇੰਨੀ ਪ੍ਰੋਬਲਮ ਨਹੀਂ ਹੋਈ ਬਹੁਤ ਲੱਕੀ ਰਹੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਆਉਂਦੇ ਹੀ ਵਧੀਆ ਕੰਮ ਵੀ ਮਿਲ ਗਿਆ ਅਸੀਂ ਸਾਡੇ ਖਰਚੇ ਵੀ ਠੀਕ ਨੇ ਅਤੇ ਜਿੱਦਾਂ ਹੁਣ ਅਸੀਂ ਕਪਲ ਹਾਂ ਹੁਣ ਅਸੀਂ ਦੋਵੇਂ ਵਰਕਿੰਗ ਆ ਅਤੇ ਜਿਹੜੇ ਸਾਡੇ ਐਕਸਪੈਂਸ ਆ ਨਾ ਉਹ ਵੀ ਸਾਡੇ ਡਿਵਾਈਡ ਹੋ ਜਾਂਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅਤੇ ਜਿਹੜੇ ਸਾਡੇ ਮੈਕਸੀਮਮ ਜਿਹੜਾ ਐਕਸਪੈਂਸਿਸ ਆ ਸਾਡੇ ਮੰਥਲੀ ਸਾਡਾ 650 ਤੱਕ ਚੱਲ ਜਾਂਦਾ ਆ ਅਤੇ ਇਹ ਤੁਹਾਨੂੰ ਅਸੀਂ ਆਪਣਾ ਖਰਚਾ ਦੱਸ ਰਹੇ ਹਾਂ ਬਾਕੀ ਹਰੇਕ ਦਾ ਆਪਣਾ ਆਪਣਾ ਡਿਫਰੈਂਟ ਡਿਫਰੈਂਟ ਖਰਚਾ ਹੁੰਦਾ ਆ ਅਤੇ ਬਹੁਤ ਵਧੀਆ ਅਸੀਂ ਆਪਣੀ ਲਾਈਫ ਇੰਜੋਏ ਵੀ ਕਰ ਰਹੇ ਹਾਂ ਆਪਣਾ ਖਰਚਾ ਵੀ ਕੱਢ ਰਹੇ ਹਾਂ ਅਤੇ ਅਸੀਂ ਤੁਹਾਡੇ ਨਾਲ ਆਪਣੀ ਸ਼ੇਅਰਿੰਗ ਵੀ ਕਰਦੇ ਹਾਂ ਹਰ ਚੀਜ਼ ਦੀ
ਤੇ ਬਾਕੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਜ਼ਰੂਰ ਕਰਨਾ, ਤੇ ਇਸੇ ਤਰ੍ਹਾਂ ਹੀ ਸਾਡੀ ਵੀਡੀਓ ਨੂੰ ਲਾਈਕ ਕਰਦੇ ਰਹਿਣਾ, ਤੇ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਉਹ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਤੇ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ। ਤੇ ਬਾਕੀ ਪਲਵਿੰਦਰ ਨੂੰ ਜੇ ਟਾਈਮ ਮਿਲਿਆ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਆਪਣੇ ਜਿਹੜੇ ਪ੍ਰੋਗਰਾਮ ਆ ਤੁਹਾਡਾ ਤੁਸੀਂ ਵੀਡੀਓ ਬਣਾ ਲਿਓ, ਬਟ ਕਿਉਂਕਿ ਇੰਨਾ ਬਿਜ਼ੀ ਹੁੰਦਾ ਨਾ ਫਿਰ ਨਹੀਂ ਹੁੰਦਾ ਵੀਡੀਓ ਬਣਾਉਂਦਾ, ਕਿਉਂਕਿ ਮੈਂ ਨਾਲ ਨਹੀਂ ਨਾ ਗਈ ਕਿਉਂਕਿ ਉਹ ਉਹਨਾਂ ਦਾ ਨਾਈਟ ਸ਼ੋਅ ਸੀਗਾ ਨਾ, ਤੇ ਫਿਰ ਮੈਂ ਸੋਚਿਆ ਮੈਂ ਨਹੀਂ ਜਾਣਾ ਹੈਗਾ, ਮੈਂ ਇੱਥੇ ਰਹਿੰਦੀ ਘਰੇ। ਤੇ ਬਾਕੀ ਸਾਡੀ ਅੱਜ ਦੀ ਵੀਡੀਓ ਨੂੰ ਜ਼ਰੂਰ ਜ਼ਰੂਰ ਸ਼ੇਅਰ ਕਰਿਓ, ਲਾਈਕ ਕਰਿਓ, ਤੇ ਆਪਣੇ ਸਾਰਾ ਧਿਆਨ ਰੱਖਿਓ। ਹੁਣ ਤੁਹਾਨੂੰ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।